ਤਾਂ ਪਲਕ ਚਬਕਦੇ ਹੀ ਬਜ਼ੁਰਗ ਦੇ ਹੱਥਾਂ 'ਚ ਫੜਿਆ ਪਰਸ ਖੋ ਕੇ ਭੱਜ ਗਿਆ ਇਹ ਲੁਟੇਰਾ ਦੇਖੋ ਤਸਵੀਰਾਂ ਕਿੰਨੀਆਂ ਭਿਆਨਕ ਸਾਹਮਣੇ ਆਈਆਂ ਨੇ ਇੱਕ ਮਹਿਲਾ ਜੋ ਕਿ ਘਰੋਂ ਬਾਹਰ ਗਈ ਸੀ ਘਰੋਂ ਬਾਹਰ ਨਿਕਲ ਕੇ ਕਿਸੇ ਕੰਮ ਲਈ ਜਾ ਰਹੀ ਸੀ ਤਾਂ ਸੜਕ ਤੇ ਉਸਤੇ ਟੁੱਟ ਕੇ ਪੈ ਗਏ ਆ ਦੋ ਲੁਟੇਰੇ ਮੋਟਰਸਾਈਕਲ ਤੇ ਆਉਂਦੇ ਨੇ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਬਜ਼ੁਰਗ ਮਹਿਲਾ ਨੇ ਆਪਣਾ ਪਰਸ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਰਸ ਬਚਾਉਣ ਦੀ ਕੋਸ਼ਾਂ ਦੇ ਵਿੱਚ ਹੀਠਾਂ ਡਿੱਗ ਪਈ ਜਿਸ ਕਰਕੇ ਉਸ ਨੂੰ ਕਾਫੀ ਸੱਟਾਂ ਲੱਗੀਆਂ ਨੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪੰਜਾਬ ਦੇ ਮੋਹਾਲੀ ਇਲਾਕੇ ਦੀਆਂ ਜਿੱਥੇ ਬਲਟਾਣਾ ਏਰੀਆ ਦੇ ਵਿੱਚ ਲਗਾਤਾਰ ਸਨੇਚਿੰਗ ਵੱਧ ਰਹੀ ਹੈ ਲੁੱਟ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਦਿਨ ਦਿਹਾੜੇ ਲੁੱਟ ਹੋ ਰਹੀ ਹੈ ਇੱਕ ਹੋਰ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜੋ ਕਿ ਬਲਟਾਣਾ ਤੋਂ ਹੀ ਸਾਹਮਣੇ ਆ ਰਹੀ ਹੈ ਜਿੱਥੇ ਚੌਂਕੀ ਨੇੜੇ ਇੱਕ ਮਹਿਲਾ ਜੋ ਕਿ ਹੱਥ ਦੇ ਵਿੱਚ ਲਾਲ ਪਰਸ ਫੜਿਆ ਜਸਨੀ ਉਹ ਜਾ ਰਹੀ ਹੁੰਦੀ ਆ ਮਗਰੋਂ ਉਸ ਦੇ ਮੋਟਰਸਾਈਕਲ ਸਵਾਰ ਲੁਟੇਰੇ ਆਉਂਦੇ ਨੇ ਉਸ ਦਾ ਪਰਸ ਖੋਹਦੇ ਨੇ ਤੇ ਫਰਾਰ ਹੋ ਜਾਂਦੇ ਨੇ ਜਿਸ ਕਰਕੇ ਬਜ਼ੁਰਗ ਮਹਿਲਾ ਬੜੀ ਬੁਰੀ ਤਰੀਕੇ ਦੇ ਨਾਲ ហេਠਾ ਡਿੱਗਦੀ ਹੈ ਜਿਸ ਕਰਕੇ ਮਹਿਲਾ ਦੇ ਕਾਫੀ ਸੱਟਾਂ ਲੱਗੀਆਂ ਨੇ ਤਾਂ ਸਾਬ ਦੇਖਿਆ ਜਾ ਸਕਦਾ ਏ ਕਿ ਲੁਟੇਰਿਆਂ ਦੇ ਮਨ ਦੇ ਵਿੱਚ ਕਿਸੇ ਦਾ ਖੌਫ ਨਹੀਂ ਹੈ ਨਸ਼ੇੜੀ ਹਨ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਕੁਝ ਵੀ ਕਰ ਜਾਂਦੇ ਨੇ ਕਿਸੇ ਵੀ ਹੱਦ ਤੱਕ ਗਿਰ ਜਾਂਦੇ ਨੇ ਤਾਂ ਇਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਬਜ਼ੁਰਗ ਮਹਿਲਾ ਦੇਖੋ ਕਿੰਨੀ ਬੁਰੀ ਤਰੀਕੇ ਨਾਲ ਥੱਲੇ ਡਿੱਗੀ ਜੇਕਰ ਕੋਈ ਪਿੱਛੋਂ ਗੱਡੀ ਜਾਂ ਫਿਰ ਕੋਈ ਵਾਹਨ ਆ ਰਿਹਾ ਹੁੰਦਾ ਤੇ ਹਾਦਸਾ ਹੋਰ ਵੱਡਾ ਹੋ ਸਕਦਾ ਸੀ ਜਾਂ ਫਿਰ ਜੇਕਰ ਇਹ ਮਹਿਲਾ ਦੇ ਸਿਰ ਤੇ ਸੱਟ ਲੱਗਦੀ ਤਾਂ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਕਿ ਬਜ਼ੁਰਗ ਦੇ ਕਿੰਨਾ ਖੂਨ ਨਿਕਲਣਾ ਸੀ ਤੇ ਬਜ਼ੁਰਗ ਕਿੰਨੀ ਬੁਰੀ ਤਰੀਕੇ ਨਾਲ ਫੱਟੜ ਹੋ ਜਾਂਦੀ ਹੈ ਹਾਲਾਂਕਿ ਫੱਟੜ ਹਾਲੇ ਵੀ ਹੋਈ ਹੈ ਪਰ ਹੱਥਾਂ ਪੈਰਾਂ ਤੇ ਸੱਟਾਂ ਲੱਗੀਆਂ ਨੇ ਸਿਰ ਦਾ ਵਿਚਾਰੇ ਆਏ ਪਰ ਤੁਸੀਂ ਤਸਵੀਰਾਂ ਦੇਖੋ ਜੇਕਰ ਘਰਾਂ ਤੋਂ ਬਾਹਰ ਨਿਕਲਦੇ ਹੋ ਤਾਂ ਪਰਸ ਵਗੈਰਾ ਘੱਟ ਹੀ ਲੈ ਕੇ ਨਿਕਲੋ ਮਹਿਲਾਵਾਂ ਤੇ ਜ਼ਿਆਦਾ ਟੁੱਟ ਕੇ ਪੈਂਦੇ ਨੇ ਇਹ ਲੁਟੇਰੇ ਜੇ ਕੰਪੈਰੀਸ਼ਨ ਕੀਤਾ ਜਾਵੇ ਤਾਂ ਮਹਿਲਾਵਾਂ ਸਟਰੈਂਥ ਦੇ ਵਿੱਚ ਮੁੰਡਿਆਂ ਤੋਂ ਅਤੇ ਮਰਦਾਂ ਤੋਂ ਕਮਜ਼ੋਰ ਹੁੰਦੀਆਂ ਨੇ ਜਿਸ ਕਰਕੇ ਕਈ ਵਾਰ ਤਾਂ ਮਹਿਲਾਵਾਂ ਇਹਨਾਂ ਲੁਟੇਰਿਆਂ ਦਾ ਮੁਕਾਬਲਾ ਕਰ ਜਾਂਦੀਆਂ ਨੇ ਪਰ ਕਈ ਵਾਰ ਨਹੀਂ ਕਰ ਪਾਉਂਦੀਆਂ ਜ਼ਿਆਦਾਤਰ ਇਹਦੇ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਕਿ ਮਹਿਲਾਵਾਂ ਕੋਸ਼ਿਸ਼ ਕਰਦੀਆਂ ਨੇ ਇਹਨਾਂ ਲੁਟੇਰਿਆਂ ਨੂੰ ਰੋਕਣ ਦੀ ਤੇ ਇਹ ਰੁਕਦੇ ਨਹੀਂ ਜਿਸ ਕਰਕੇ ਮਹਿਲਾਵਾਂ ਦੇ ਸੱਟ ਲੱਗ ਜਾਂਦੀ ਆ ਤਾਂ ਦੇਖ ਸਕਦੇ ਹੋ ਮਹਿਲਾਵਾਂ ਦਾ ਬਾਹਰ ਨਿਕਲਣਾ ਵੀ ਔਖਾ ਹੋ ਰਿਹਾ ਏ ਪੰਜਾਬ ਪੁਲਿਸ ਇਸ ਤੇ ਕੀ ਐਕਸ਼ਨ ਲੈ ਰਹੀ ਆ ਇਹ ਵੀਡੀਓ ਦੇਖ ਉਹਨਾਂ ਦਾ ਕੀ ਬਿਆਨ ਹੋਵੇਗਾ ਇਹਦਾ ਇੰਤਜ਼ਾਰ ਸਾਨੂੰ ਜ਼ਰੂਰ ਰਵੇਗਾ ਪਰ ਉਹਨਾਂ ਚਿਰ ਤੁਸੀਂ ਇਹਨੂੰ ਦੱਬ ਕੇ ਸ਼ੇਅਰ ਕਰੋ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਤੱਕ ਪਹੁੰਚਾਓ ਤਾਂ ਕਿ ਇਹ ਰੋਟੇਰੇ ਜਲਦ ਤੋਂ ਜਲਦ ਫੜੇ ਜਾਣ ਤੇ ਬਜ਼ੁਰਗ ਦਾ ਪਰਸ ਉਸ ਨੂੰ ਵਾਪਸ ਮਿਲ ਜੇ ਕਿਉਂਕਿ ਪਰਸ ਦੇ ਅੰਦਰ ਕਈ ਕਾਗਜ਼ਾਤ ਜ਼ਮੀਨੀ ਕਾਗਜ਼ਾਤ ਅਤੇ ਹੋਰ ਉਸਦੇ ਆਈਡੈਂਟੀਕਲ ਪ੍ਰੂਫ ਨੇ ਮਹਿਲਾ ਦੇ ਜਿਸ ਕਰਕੇ ਮਹਿਲਾ ਕਾਫੀ ਪਰੇਸ਼ਾਨ ਹੈ ਪੈਸੇ ਵੀ ਸਾਨੂੰ ਪਰਸ ਦੇ ਅੰਦਰ ਮੋਬਾਈਲ ਵੀ ਸੀ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਕੋ ਉਸ ਮਹਿਲਾ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਹੈ ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਪੰਜਾਬ ਪੁਲਿਸ ਜਲਦ ਤੋਂ ਜਲਦ ਇਸ ਤੇ ਐਕਸ਼ਨ ਲਵੇ